ਬਹੁਤ ਬਹੁਤ ਧੰਨਵਾਦ ਜੀ। ਸਟੱਡੀ ਸਰਕਲ ਦੇ ਜੋ ਵੱਡੇ ਸੀਨੀਅਰ ਵੀਰ, ਅਸੀਂ ਕਹਿੰਦੇ ਹਾਂ ਵੱਡੇ ਵੀਰ, ਉਹ ਸਾਰੇ ਉਹਨਾਂ ਦੀ ਜਿਹੜੀ ਸੋਚਣੀ ਹੈ, ਉਹਨਾਂ ਦੀ ਉਹਨਾਂ ਦਾ ਉੱਦਮ ਹੈ ਜਿਹੜਾ ਲਗਾਤਾਰਤਾ ਉਹਦੇ ਵਿੱਚ ਜਿਹੜੀ ਬਣੀ ਹੋਈ ਹੈ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੈ। ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ, ਉਸ ਦੇ ਦੋ ਮੈਗਜ਼ੀਨ ਹਨ, ਪੰਜਾਬੀ ਦੁਨੀਆ ਅਤੇ ਜਨ ਸਾਹਿਤ, ਬੜੇ ਹੀ ਮਹੱਤਵਪੂਰਨ ਮੈਗਜ਼ੀਨ ਹਨ। ਲੇਕਿਨ ਸਰਕਾਰ ਦੇ ਖਜ਼ਾਨੇ ਦੀ ਸਮੱਸਿਆ ਆਉਣ ਕਰਕੇ ਕਈ ਵਾਰ ਉਹ ਮੈਗਜ਼ੀਨ ਵੀ ਬੜੀ ਬੜੀ ਦੇਰ ਨਹੀਂ ਛਪਦੇ ਰਹੇ, ਔਰ ਕਈ ਵਾਰ ਇਕੱਠੇ ਹੀ ਪੰਜ ਪੰਜ ਛੇ ਛੇ ਆ ਜਾਂਦੇ ਸੀਗੇ, ਔਰ ਇਕੱਠੇ ਹੀ ਛਾਪ ਦਿੰਦੇ ਸੀ। ਫਿਰ ਉਹਨਾਂ ਨੇ ਕਿਹਾ ਇੱਦਾਂ ਦਾ ਔਖਾ ਕੰਮ ਹੈ, ਇਕੱਠੀਆਂ ਰੋਟੀਆਂ ਖਾਣੀਆਂ ਜਿਵੇਂ ਔਖੀਆਂ ਨੇ, ਵੀ ਚਾਰ ਦਿਨ ਰੋਟੀ ਨਾ ਬਣੇ ਅਤੇ ਚਾਰ ਦਿਨ ਦੀ ਇਕੱਠੀ ਰੋਟੀ ਖਾਣੀ ਕਿੰਨੀ ਔਖੀ ਹੈ। ਉਹ ਫਿਰ ਮੈਗਜ਼ੀਨ ਜਿਹੜੇ ਨੇ, ਸਟੱਡੀ ਸਰਕਲ ਦਾ ਮੈਗਜ਼ੀਨ, ਮੈਨੂੰ ਲੱਗਦਾ ਵੀ ਸ਼ਾਇਦ ਹੀ ਕਦੀ ਕਿਤੇ ਪੰਜਾਬੀ ਦੇ ਮੈਗਜ਼ੀਨ 'ਚ ਕੋਈ ਇਸ ਤਰ੍ਹਾਂ ਪਿਆ ਹੋਵੇ, ਕੋਈ ਛੁੱਟੀ ਹੋਈ ਹੋਵੇ। ਅਤੇ ਇਹ ਜਿਹੜੇ ਮੈਗਜ਼ੀਨ ਕੁਆਟਰਲੀ ਸ਼ੁਰੂ ਕੀਤੇ ਨੇ, ਨਾਲ ਖੇਤੀਬਾੜੀ ਦਾ ਮੈਗਜ਼ੀਨ, ਚਾਰ ਮੈਗਜ਼ੀਨ ਲਗਾਤਾਰ ਚਲਾਉਣੇ, ਉਹ ਵੱਡੇ ਵੀਰਾਂ ਦੀ ਬਹੁਤ ਜ਼ਿਆਦਾ ਇਹਨਾਂ ਦੀ ਹਿੰਮਤ ਹੈ। ਅਤੇ ਮੈਂ ਡਾਕਟਰ ਜੌਲ ਸਾਹਿਬ ਨੂੰ ਬੇਨਤੀ ਕਰਾਂਗਾ ਕੋਈ ਆਪਣੇ ਜੋ ਵਿਚਾਰ ਨੇ, ਅਨਮੋਲ ਵਿਚਾਰ, ਉਹਨਾਂ ਨੂੰ ਸਾਰੇ ਸੁਣਨ ਲਈ ਕਾਹਲੇ ਹਾਂ ਅਸੀਂ, ਅਤੇ ਕੁਝ ਸੇਧ ਵੀ ਦੇਣ, ਕੋਈ ਭਵਿੱਖ ਦੀਆਂ ਸੇਧਾਂ ਵੀ ਦੇਣ। ਡਾਕਟਰ ਜੌਲ ਜੀ, ਸਤਿੰਗ ਜੀ, ਫਤਿਹ ਸਿੰਘ ਜੀ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਠੀਕ ਹੈ, ਮੈਂ ਇਹਨਾਂ ਪ੍ਰਬੰਧਕਾਂ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਕੁਛ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ ਮੌਕਾ ਦਿੱਤਾ, ਔਰ ਇਸ ਤੋਂ ਵੀ ਜ਼ਿਆਦਾ ਕਿ ਤੁਹਾਡੇ ਬੜੇ ਸੁਚੱਜੇ ਵਿਚਾਰ ਸੁਣਨ ਦਾ ਵੀ ਮੌਕਾ ਦਿੱਤਾ। ਮੈਂ ਕੋਈ ਪ੍ਰਚਾਰਕ ਤਾਂ ਨਹੀਂ, ਮੇਰੀਆਂ ਤਾਂ ਸਿੱਧੀਆਂ ਝਟਕੀਆਂ ਜਾਂ ਚਾਰ ਗੱਲਾਂ ਹੁੰਦੀਆਂ, ਜੇ ਤੁਹਾਡੇ ਪਸੰਦ ਆਵੇ ਤਾਂ ਠੀਕ ਹੈ, ਨਹੀਂ ਤਾਂ ਮੈਨੂੰ ਮਾਫ਼ ਕਰ ਦੇਣਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿੱਥੇ ਲੈਂਗੁਏਜ ਦੀ ਗੱਲ ਕੀਤੀ ਹੈ, ਉਹਦੇ ਵਿੱਚ ਮੈਂ ਇਹ ਕਹਾਂਗਾ ਕਿ ਜਿੰਨੀਆਂ ਵੀ ਜ਼ਬਾਨਾਂ ਇੱਕ ਇਨਸਾਨ ਸਿੱਖ ਸਕਦਾ, ਬੋਲ ਸਕਦਾ, ਸਮਝ ਸਕਦਾ, ਉਨਾ ਹੀ ਉਹ ਕਾਬਲ ਇਨਸਾਨ ਗਿਣਿਆ ਜਾਂਦਾ, ਔਰ ਉਨੇ ਹੀ ਇਨਸਾਨ ਉਸ ਆਦਮੀ ਦੇ ਵਿੱਚ ਹੁੰਦੇ। ਲੇਕਿਨ ਆਪਣੀ ਜ਼ਬਾਨ ਤੋਂ ਮਾਤ ਜਿਹੜੀ ਤੁਹਾਡੀ ਮਾਂ ਬੋਲੀ ਹੈ, ਉਸ ਨੂੰ ਛੋਟਾ ਸਮਝਣਾ ਜਾਂ ਉਹ ਤੋਂ ਗਰੇਜ਼ ਕਰਨਾ, ਇੱਕ ਸਲੇਵਰੀ ਦੀ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਅਸੀਂ ਛੋਟੇ। ਮੈਨੂੰ ਇਹ ਖੁਸ਼ੀ ਹੈ ਕਿ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਇਹ ਕੌਸਮਿਕ ਫੇਥ ਦੀ ਸ਼ੁਰੂ ਕੀਤਾ। ਸਾਨੂੰ ਦਰਅਸਲ ਬਹੁਤਾ ਲਿਟਰੇਚਰ ਜਿਹੜਾ ਨਾ ਉਹ ਇੰਗਲਿਸ਼ ਔਰ ਹਿੰਦੀ ਵਿੱਚ ਪਾਉਣਾ ਚਾਹੀਦਾ। ਅਗਰ ਤੁਸੀਂ ਸਾਡਾ ਜੋ ਫੇਥ ਹੈ, ਬਾਬੇ ਨਾਨਕ ਦਾ ਧਰਮ, ਇਹ ਯੂਨੀਵਰਸਲ ਹੈ, ਹਿਊਮੇਨ ਹੈ। ਇਹਦੇ ਵਿੱਚ ਕਿਸੇ ਰਿਲੀਜਨ, ਕਿਸੇ ਰਿਜਨ ਦੀ, ਕਿਸੇ ਰਿਲੀਜਨ ਦੀ, ਕਿਸੇ ਸੰਪਰਦਾਇਕ ਦੀ ਗੱਲ ਨਹੀਂ ਕੀਤੀ। ਬਾਬੇ ਨੇ ਜੇ ਰਿਲੀਜਨਲੀ ਛੋਟੇ ਛੋਟੇ ਵਿਆਹ ਤਾਂ ਹਿੰਦੁਸਤਾਨ ਦੀ ਗੱਲ ਕੀਤੀ ਹੈ, ਉਦੋਂ ਥੱਲੇ ਉਹਨੇ ਗੱਲ ਨਹੀਂ ਕੀਤੀ। ਇਹ ਤਾਂ ਇੱਕ ਹਿਊਮਨ ਰਿਲੀਜਨ, ਇਸ ਰਿਲੀਜਨ ਇਜ਼ ਏ ਯੂਨੀਵਰਸਲ ਰਿਲੀਜਨ, ਨਾਟ ਏ ਸੈਕੂਲਰ ਰਿਲੀਜਨ। ਇਹ ਯੂਨੀਵਰਸਲ ਰਿਲੀਜਨ, ਕੌਸਮਿਕ ਰਿਲੀਜਨ। ਲੇਕਿਨ ਇਹਦਾ ਜਿਹੜਾ ਫੈਲਾਓ ਆ ਉਹ ਨਿਰਾ ਪੰਜਾਬੀ ਵਿੱਚ ਨਹੀਂ ਹੋ ਸਕਦਾ। ਤੁਸੀਂ 5-star ਹੋਟਲਾਂ 'ਚ, 4-star ਹੋਟਲਾਂ 'ਚ ਜਾਓਗੇ, ਤੁਸੀਂ USA, ਇੰਗਲੈਂਡ ਜਾਂ ਦੂਸਰੇ ਈਵਨ ਇੰਡੀਆ ਦੇ ਵਿੱਚ ਜਿਹੜੇ ਹੋਟਲ ਨੇ, ਦਰਾਜ਼ ਖੋਲੋਗੇ ਉਹ 'ਚ ਬਾਈਬਲ ਮਿਲੇਗਾ ਤੁਹਾਨੂੰ। ਪੜ੍ਹੋ ਨਾ ਪੜ੍ਹੋ, ਕਿਤੇ 4 ਅੱਖਰ ਪੜ੍ਹੇ ਜਾਂਦੇ ਨੇ। ਇਹ ਇੱਕ ਪ੍ਰਚਾਰ ਦਾ ਤਰੀਕਾ ਹੈ। ਲੇਕਿਨ ਅਸੀਂ ਬਹੁਤ ਸੰਕੀਰਣਤਾ ਜਾ ਗਏ। ਜਦੋਂ ਮੈਂ ਵਾਈਸ ਚਾਂਸਲਰ ਸੀ ਪੰਜਾਬੀ ਯੂਨੀਵਰਸਿਟੀ 'ਚ, ਉਦੋਂ ਮੈਂ ਤਾਲਬ ਸਾਹਿਬ ਦਾ ਜਿਹੜਾ ਜਿਹੜਾ ਇੰਗਲਿਸ਼ ਦਾ ਟਰਾਂਸਲੇਸ਼ਨ ਗੁਰਮੁਖੀ ਆਪਣਾ ਦਾ ਅੰਗਰੇਜ਼ੀ 'ਚ ਕਰਾਇਆ ਸੀ ਉਹਨਾਂ ਨੇ, ਉਹ ਮੈਂ ਹੀ ਛਪਾਇਆ ਸੀ।
ਪਹਿਲੀ ਉਹ ਚਾਰ ਵੋਲਿਊਮ ਸੀ, ਪਹਿਲੀ ਵੋਲਿਊਮ ਮੈਂ ਗਿਆਨੀ ਦਿਆਲ ਸਿੰਘ ਤੋਂ ਪ੍ਰੈਜੀਡੈਂਟ ਆਫ ਇੰਡੀਆ ਤੋਂ ਰਿਲੀਜ਼ ਕਰਵਾਈ ਸੀ, ਔਰ ਉਹਦੇ ਵਿੱਚ ਮੈਂ ਜਿਹੜੀ ਤਲੇ ਲਿਖਿਆ ਸੀ ਉਹਦੇ 'ਚ ਇਹ ਲਿਖਿਆ ਸੀਗਾ, ਇਹਦੇ ਜਗਤ ਜੋਤ ਇਹ ਕਿਸੇ ਗਰੁੱਪ ਨੂੰ ਬਿਲੋਂਗ ਨਹੀਂ ਕਰਦਾ। ਲੇਕਿਨ ਅਨਫਾਰਚੁਨੇਟਲੀ ਅਸੀਂ ਤਾਂ ਬੁੱਕਣ ਮਾਰ ਕੇ ਬਹਿ ਗਏ ਦੁਆਲੇ, ਉਸ ਜੋਤ ਦੀ ਲੋੜ ਜਿਹੜੀ ਜੋਤ ਹੈ ਨਾ ਉਹਨੂੰ ਬਾਹਰ ਜਾ ਨਹੀਂ ਦੇ ਰਿਹਾ। ਸਾਡਾ ਉਹ ਹਾਲ ਹੋ ਗਿਆ ਕਿਉਂਕਿ ਮੈਂ ਐਗਰੀਕਲਚਰ ਬਿਲੋਂਗ ਕਰਦਾ ਅਤੇ ਮਿਸਾਲ ਮੈਂ ਉੱਥੋਂ ਦੇਣੀ ਹੈ। ਜਦ ਅਸੀਂ ਸੰਤਰਾ ਮਾਲਟਾ ਬਣਾਉਂਦੇ ਹਾਂ ਨਾ ਤਾਂ ਉਹਦੇ ਜਿਹੜਾ ਰੂਟ ਸਟੋਕ ਹੈ ਨਾ ਉਹ ਜੱਟੀ ਖੱਟੀ ਹੁੰਦੀ ਹੈ, ਉਹ ਖੱਟੀ ਹੈ ਜਿਹੜੀ ਮੋਟੀ ਮੋਟੀ ਹੁੰਦੀ ਹੈ, ਬੜੀ ਖੱਟੀ ਹੁੰਦੀ ਹੈ, ਉਹ ਰੂਟ ਬੜੀ ਮਜ਼ਬੂਤ ਹੁੰਦੀ ਹੈ। ਅਸੀਂ ਉਹਤੇ ਪੈਬੰਦ ਲਾਉਂਦੇ ਹਾਂ ਜਾਂ ਉਹਦੇ ਉੱਤੇ ਗ੍ਰਾਫਟਿੰਗ ਕਰਦੇ, ਫਿਰ ਉਹ ਮਾਲਟਾ ਬਣ ਜਾਂਦਾ, ਸੰਤਰਾ ਬਣ ਜਾਂਦਾ, ਨਾਰੰਗੀ ਬਣ ਜਾਂਦਾ। ਜੇ ਉਹ ਵੱਢ ਜਾਂ ਗ੍ਰਾਫਟ ਮਰ ਜਾਏ ਜਾਂ ਕਮਜ਼ੋਰ ਪੈ ਜਾਏ ਨਾ ਤਾਂ ਜਿਹੜੀਆਂ ਜੜ੍ਹਾਂ ਨਾ ਰੂਟ ਹੈ ਉਹ ਬੜੀਆਂ ਸ਼ੂਟ ਚੱਲਦੀ ਆ। ਸਾਡੇ ਨਾਲ ਮਿੱਤਰੋ ਉਹੀ ਹੋ ਰਹੀ ਹੈ, ਜਿਹੜੀ ਵੱਢ ਗੁਰੂ ਸਾਹਿਬ ਨੇ ਲਾਈ ਨਾ ਉਹ ਸਿੱਖ ਹਿੰਦੂ ਧਰਮ 'ਤੇ ਲੱਗੀ ਹੋਈ ਹੈ, ਕਿਉਂਕਿ ਸਾਰੇ ਉੱਥੇ ਬਿਲੋਂਗ ਕਰਦੇ, ਉਹੀ ਬੁੱਤ ਪੂਜਾ ਕਰਦੇ ਸੀ, ਉਹੀ ਸਭ ਕੁਛ ਕਰਦੇ ਸੀ, ਉਹ ਲੱਗੀ ਹੋਈ ਹੈ। ਇਹ ਵੱਢ ਜਿਹੜੀ ਹੈ ਕਮਜ਼ੋਰ ਹੋ ਰਹੀ ਹੈ, ਕੀਤੀ ਜਾ ਰਹੀ ਹੈ, ਉਹਦੇ ਜਿਹੜੀਆਂ ਸ਼ੂਟਸ ਨੇ ਉਹ ਫੁੱਟ ਰਹੀਆਂ ਨੇ। ਅਸੀਂ ਮੜੀ ਮਸੀਤਾਂ 'ਤੇ ਜੰਮੇ ਸਾਰੇ ਜਾਂਦੇ ਹਾਂ, ਅਸੀਂ ਦੇਵੀ ਦੇਵਤਿਆਂ ਨੂੰ ਵੀ ਪੂਜਦੇ ਹਾਂ, ਸਾਡੇ ਕਈ ਸਿੱਖ ਤਾਂ ਬਈ ਹਵਨ ਵੀ ਕਰਾਉਂਦੇ ਆ, ਸਭ ਕੁਝ ਚੱਲਦੇ ਆ, ਮੈਨੂੰ ਕੋਈ ਇਤਰਾਜ਼ ਨਹੀਂ ਆਪਣਾ ਆਪਣਾ ਉਸ ਗੱਲ ਦਾ, ਪਰ ਮੇਰਾ ਕਹਿਣ ਤੋਂ ਮਤਲਬ ਜਿਹੜੀ ਜਿਹੜੀ ਕਲਮ ਕੀਤੀ ਸੀ ਨਾ, ਜਿਹੜਾ ਗ੍ਰਾਫਟ ਕੀਤਾ ਸੀ ਨਾ ਉਹ ਕਮਜ਼ੋਰ ਪਈ, ਉਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਇੱਕ ਤਾਂ। ਦੂਜੀ ਗੱਲ ਇਹ ਹੈ ਕਿ ਤੁਸੀਂ ਅਮਰੀਕਾ ਇੰਗਲੈਂਡ ਦੀ ਜਿਹੜੀ ਗੱਲ ਕਰਦੇ ਹੋ, ਉਹਨਾਂ ਲੋਕਾਂ ਦੀ ਸੋਚਣੀ ਬਹੁਤ ਲਿਮਿਟਿਡ ਹੈ। ਅਮਰੀਕਾ ਵਿੱਚ ਅੱਜ ਤੱਕ ਬਹੁਤ ਸਾਰੇ ਲੋਕ ਡਿਸਟਿੰਗੁਇਸ਼ ਨਹੀਂ ਕਰ ਸਕੇ ਸਿੱਖ ਔਰ ਮੁਸਲਮਾਨ ਦੇ ਵਿੱਚ, ਜਿਹੜੇ ਕੁੱਟ ਖਾਂਦੇ ਆ ਮਾਰਦੇ ਆ ਉਹ ਇਸ ਕਰਕੇ ਮਾਰੇ ਜਾਂਦੇ ਆ ਕਿ ਮੁਸਲਮਾਨ ਆ, ਉਹਨਾਂ ਦੀ ਨਾਲੇਜ ਇੱਥੇ ਤੱਕ ਹੈ। ਉਹਨਾਂ ਦੇ ਤੁਸੀਂ ਜਿਹੜੇ ਪਰਚੇ ਵੀ ਹੋਣਗੇ ਨਾ ਅਖਬਾਰਾਂ ਵੀ, ਉਹ ਤੁਸੀਂ ਦੇਖੋਗੇ 90-90 ਪੇਜ ਦੀਆਂ, 95-95 ਪੇਜ ਦੀਆਂ ਆਲਰੇਡੀ ਜਾਂ ਟੱਬੇ ਹੋਣਗੇ ਉਹ। ਜੇ ਕਿਸੇ ਦੀ ਬਿੱਲੀ ਸੂਈ ਹੈ ਤਾਂ ਉਹ ਵੀ ਉਹ 'ਚ ਹੋਊਗੀ। ਜੇ ਕਿਸੇ ਨੇ 6 ਮਹੀਨਿਆਂ ਵਿੱਚ ਸਲਾਹ ਕੀਤੀ ਹੈ ਕਿ ਬਈ ਅਸੀਂ ਮੈਂ ਮੰਗਣੀ ਕਰਾਉਣੀ ਉਹ ਵੀ ਉਹਦੇ 'ਚ ਹੋਊਗਾ, ਕਿ ਇਹਦਾ ਕੁੱਤਾ ਗੁਆਚ ਗਿਆ ਉਹ ਵੀ ਉਹਦੇ ਵਿੱਚ ਹੋਊਗਾ। ਉੱਥੇ ਨੈਸ਼ਨਲ ਖਬਰ ਨਹੀਂ ਆਉਂਦੀ ਜਾਂ ਉਹਦੇ 'ਚੋਂ ਉਹ ਕੂਪਨ ਹੋਣਗੇ, ਕੂਪਨਾਂ ਨਾਲ ਭਰਿਆ ਹੋਊਗਾ, ਉੱਥੇ ਤਾਂ ਨੈਸ਼ਨਲ ਨਿਊਜ਼ ਵੀ ਨਹੀਂ ਆਉਂਦੀ, ਜੇ ਆਊ ਤਾਂ ਥੋੜ੍ਹੀ ਜਿਹੀ ਆਉਂਦੀ ਆ, ਇੰਟਰਨੈਸ਼ਨਲ ਸਵਾਲ ਹੀ ਪੈਦਾ ਹੁੰਦਾ। ਸਾਡੀਆਂ ਖਬਰਾਂ ਸਟਾਰਟ ਹੀ ਇੰਟਰਨੈਸ਼ਨਲ ਤੋਂ ਹੁੰਦੀਆਂ। ਸੋ ਦੇ ਹੈਵ ਏ ਵੈਰੀ ਪੂਅਰ ਨੌਲੇਜ, ਔਰ ਉਹਨਾਂ ਨੂੰ ਜਿਹੜਾ ਸਿੱਖ ਧਰਮ ਦਾ ਅਤੇ ਅਸੂਲਾਂ ਦੀ ਗੱਲ ਸੁਣੋ, ਉਹ ਤਾਂ ਸਿੱਖ ਧਰਮ ਨੂੰ ਸਿੱਖ ਨੂੰ ਮੁਸਲਮਾਨ ਤੋਂ ਵੀ ਨਹੀਂ ਪਛਾਣਿਆ, ਡਿਸਟਿੰਗੁਇਸ਼ ਕਰ ਸਕਦੇ। ਸੋ ਇਹੋ ਜਿਹੀਆਂ ਚੀਜ਼ਾਂ ਤੁਹਾਡੀਆਂ ਨੇ, ਇਹਨੂੰ ਮੈਂ ਸਮਝਾਂਗਾ ਕਿ ਇਦੂ ਵੀ ਛੋਟਾ ਕਰੋ, 4 ਪੇਜ ਦਾ ਬੁਲੇਟਿਨ ਜੋ ਹੋਵੇ ਤਾਂ ਉਹ ਬਹੁਤ ਵਧੀਆ ਹੁੰਦਾ ਹੈ, ਕਿਉਂਕਿ ਸਹੀ ਗੱਲ ਕਹੀ ਅੱਜ ਕੱਲ੍ਹ ਲੋਕ ਪੜ੍ਹਦੇ ਨਹੀਂ ਹੈ, ਪੜ੍ਹਨ ਦਾ ਟਾਈਮ ਨਹੀਂ ਹੈ ਜਾਂ ਉਹਨਾਂ ਦੀ ਰੁਚੀ ਨਹੀਂ ਹੈ। ਔਰ ਦੂਸਰੀ ਜਦੋਂ ਤੁਸੀਂ ਪਹਿਲੇ ਮੈਗਜ਼ੀਨ ਦੀ ਗੱਲ ਕਰਦੇ ਹੋ ਉਦੋਂ ਤਾਂ ਤੁਹਾਡੀ ਇਹ ਇੱਕ ਹਾਰਡ ਕਾਪੀ ਚੱਲਦੀ ਸੀ, ਹੁਣ ਤਾਂ ਜਿਹੜਾ ਹੈ ਜਿਹੜੀ ਈ ਆਪਣੀਆਂ ਕਾਪੀਸ ਨੇ ਉਹ ਤਾਂ ਜਿੱਥੇ ਤੱਕ ਮਰਜ਼ੀ ਲੈ ਜਾਓ, ਤੁਸੀਂ ਯੂਟਿਊਬ 'ਤੇ ਪਾ ਦਿਓ, ਬੋਲ ਕੇ ਪਾ ਦਿਓ, ਤੁਸੀਂ ਇਹਨੂੰ ਫੇਸਬੁੱਕ 'ਤੇ ਪਾ ਦਿਓ ਛੋਟੇ ਛੋਟੇ ਮੈਸੇਜ। ਮੈਂ ਦੇਖਿਆ ਕਿ ਮੈਂ ਜੋ ਮੈਸੇਜ ਪਾਉਣਾ ਮੈਂ ਬਹੁਤ ਛੋਟਾ ਮੈਸੇਜ ਪਾਉਣਾ ਫੇਸਬੁੱਕ 'ਤੇ, ਜੇ ਉਹਦੇ ਨਾਲ ਛੋਟੀ ਤਸਵੀਰ ਹੋ ਜਾਏ ਉਹ ਤਸਵੀਰ ਦੇ ਕੇ ਲੋਕ ਜ਼ਿਆਦਾ ਪੜ੍ਹਦੇ ਆ, ਨਿਰੀ ਜਿਹੜਾ ਲਿਖਿਆ ਹੈ ਉਹਨੂੰ ਘੱਟ ਪੜ੍ਹਦੇ ਆ। ਮੈਂ ਮੇਰਾ ਤਜਰਬਾ ਹੈ, ਤੁਸੀਂ ਇੱਕ ਫੋਟੋ ਪਾ ਦਿਓ ਉਹ 'ਤੇ ਲਿਖ ਦਿਓ, ਉਹਦੇ ਵੀ ਤੁਹਾਡੀ ਕਈ ਵਾਰੀ ਹਜ਼ਾਰਾਂ 'ਚ ਆ ਜਾਂਦੀਆਂ ਵੀ ਉਹਦੇ। ਛੋਟਾ ਜਿਹੜਾ ਹੈਗੀ ਆਪਣੀ ਯੂਟਿਊਬ ਦੇ ਵਿੱਚ ਆਪਾਂ ਨੇ ਛੋਟੇ ਛੋਟੇ ਬੋਲਣ ਜ਼ਿਆਦਾ, ਉਹਦੇ ਵਿੱਚ ਕਈ ਵਾਰੀ ਮੈਨੂੰ ਪਤਾ ਇੱਕ ਮੇਰੀ ਇੰਟਰਵਿਊ ਤਕਰੀਬਨ ਉਹ ਸੀਗਾ 25-26 ਲੱਖ ਵਿਊ ਹੋਇਆ
ਸੋ ਇਹ ਜਿਹੜਾ ਹੈ ਛੋਟੇ ਛੋਟੇ ਸੁਨੇਹੇ ਜਿਹੜੇ ਆ ਇਹ ਬਹੁਤ ਇੰਪੋਰਟੈਂਟ ਬਣੇ ਹਨ। ਹੁਣ ਸਿਰਫ ਅੰਗਰੇਜ਼ ਹੀ ਨਹੀਂ, ਪਹਿਲਾਂ ਤੁਸੀਂ ਪਹਿਲਾਂ ਆਪਣੇ ਹਿੰਦੁਸਤਾਨ ਤੋਂ ਸਮਝਾ ਲਓ ਵੀ ਤੁਸੀਂ ਕੌਣ, ਹਿੰਦੀ ਤੋਂ ਕਿਉਂ ਅੰਗਰੇਜ਼ ਕਰਦੇ ਹੋ? ਸਾਨੂੰ ਪੰਜਾਬੀ ਨਾਲੋਂ ਜ਼ਿਆਦਾ ਹਿੰਦੀ ਦੇ ਵਿੱਚ ਲਿਟਰੇਚਰ ਜਿਹੜਾ ਪ੍ਰੋਡਿਊਸ ਕਰਨਾ ਚਾਹੀਦਾ ਤਾਂ ਕਿ ਸਾਡਾ ਰਿਲੀਜਨ ਜਿਹੜਾ ਸਭ ਤੋਂ ਬਾਹਰ ਜਾ ਸਕੇ, ਜੋ ਸੋਚਣੀ ਹੈ ਇਸ ਰਿਲੀਜਨ ਦੀ ਉਹ ਸਭ ਤੋਂ ਬਾਹਰ ਜਾ ਸਕੇ। ਉਹ ਹੈ ਨਹੀਂ, ਜਿੰਨੀ ਦੇਰ ਤੁਹਾਨੂੰ ਕੁਛ ਸਮਝੇਗਾ ਨਹੀਂ ਇਸ ਰਿਲੀਜਨ ਨੂੰ, ਉਨੀ ਦੇਰ ਤੁਹਾਨੂੰ ਜਾਣੇਗਾ ਕਿੱਦਾਂ। ਸਾਡੇ ਤਾਂ ਪ੍ਰੋਬਲਮ ਇਹ ਹੈ ਕਿ ਸਾਡੇ ਜਿਹੜੇ ਸਿੱਖ ਲੀਡਰਸ਼ਿਪ ਹੈ, ਜਾਂ ਇੰਸਟੀਟਿਊਸ਼ਨਸ ਹੈ, ਉਹ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਨਹੀਂ ਰਹੀਆਂ। ਇੱਕ ਕਿਤਾਬ ਛਪੀ ਹੈ, ਮੈਂ ਤੁਹਾਨੂੰ ਮਿਸਾਲ ਦੱਸਦਾ, ਉਹ ਕਲਕੱਤੇ ਛਪੀ ਹੈ, ਇਹ ਸ਼ਤਾਬਦੀ ਦੇ ਸੰਬੰਧ ਵਿੱਚ ਛਪੀ ਹੈ। ਐਸ ਜੀ ਪੀ ਨੇ 300 ਕਾਪੀ ਉਹਦੀ ਆਰਡਰ ਕੀਤੀ ਸੀ, ਉਹ ਪਤਾ ਨਹੀਂ ਕਿੰਨੀ ਛਪੀ ਹੋਈ। ਉਹਨੂੰ ਉਹ ਕਿਤਾਬ ਵਾਪਸ ਕਰਨੀ ਪਈ, ਉਹਦੀਆਂ ਕਾਪੀਆਂ ਸਿਰਫ ਟਰੇਸ ਜਿਹੜੀਆਂ 8 ਹੋਈਆਂ, ਬਾਕੀ ਦੀਆਂ ਵਾਪਸ ਨਹੀਂ ਆਈਆਂ। ਉਹਦੇ ਵਿੱਚ ਕੀ ਲਿਖਿਆ? ਉੱਤੇ ਐਸ ਜੀ ਪੀ ਸੀ ਦੀ ਮੋਹਰ ਲੱਗੀ ਹੋਈ ਆ। ਉਹਦੇ 'ਚ ਲਿਖਿਆ ਗੁਰੂ ਹਰਗੋਬਿੰਦ ਜਿਹੜੇ ਨੇ ਉਹ ਪਾਗਲ ਹੋ ਗਏ। ਉਹ 'ਚ ਇਹ ਲਿਖਿਆ ਕਿ ਗੁਰੂ ਅਰਜਨ ਦੇਵ ਨੇ ਸੁਇਸਾਈਡ ਕੀਤੀ। ਉਹ ਐਸ ਜੀ ਪੀ ਦੀ ਮੋਹਰ ਲੱਗੀ ਆ ਉੱਤੇ, ਮੈਂ ਆਉਂਦੀ ਨਹੀਂ ਕਿਸੇ ਦੀ। ਫਿਰ ਉਸ ਵਿੱਚ ਲਿਖਿਆ ਹੋਇਆ ਕਿ ਗੁਰੂ ਤੇਗ ਬਹਾਦਰ ਡਾਕਿਆ ਮਾਰਦੇ ਸੀ, ਇਸ ਕਰਕੇ ਫੜ ਕੇ ਉਹਨੂੰ ਦੂਰ ਕੀਤਾ ਗਿਆ। ਔਰ ਰਿਫਲੈਕਸ਼ਨਸ ਆਨ ਦੀ ਐਸ ਜੀ ਪੀ ਦੀ ਪਬਲਿਸ਼, ਜੇ ਤੁਹਾਡੇ ਕੋਲ ਡਿਸਕਸ ਕਰਦਾ ਤੁਸੀਂ ਉਹਨੂੰ ਰਿਵਰਟ ਕਰਦੇ ਹੋ ਤਾਂ ਕਦੇ ਤੁਹਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ। ਇੰਨੀ ਕਿ ਅਸੀਂ ਪਰਵਾਹ ਕਰਦੇ ਹਾਂ ਐਕੂਰੇਟ ਦੀ। ਉਹਨੂੰ ਵਾਪਸ ਕਰਨ ਦਾ ਕੀ ਬਣਿਆ ਤੁਹਾਨੂੰ ਪਤਾ ਹੀ ਨਹੀਂ ਕਿੰਨੀ ਕਾਪੀ। ਸੋ ਜ਼ਰੂਰਤ ਹੈ ਕਿ ਜਿਹੜੀ ਬਾਬੇ ਨਾਨਕ ਦਾ ਮਿਸ਼ਨ ਹੈ, ਯੂਨੀਵਰਸਲ ਮਿਸ਼ਨ ਹੈ, ਜੋ ਹਿਊਮੇਨ ਮਿਸ਼ਨ ਹੈ, ਇਹ ਕੋਈ ਸਾਡੇ 'ਤੇ ਸੀਮਿਤ ਨਹੀਂ ਹੈ। ਹਿੰਦੂ ਹੋਵੇ, ਮੁਸਲਮਾਨ ਹੋਵੇ, ਕੋਈ ਹੋਵੇ, ਗੁਰੂ ਸਾਹਿਬਾਂ ਦੇ ਜ਼ਮਾਨੇ ਤਾਂ ਮੁਸਲਮਾਨ ਵੀ ਆ ਕੇ ਉਹਨਾਂ ਦਰਬਾਰ 'ਚ ਬਹਿ ਜਾਂਦੇ ਸੀ, ਹਿੰਦੂ ਮੰਦਰਾਂ ਤੋਂ ਆ ਕੇ ਉਹਨਾਂ ਦਰਬਾਰ 'ਚ ਬਹਿ ਜਾਂਦੇ ਸੀ ਆ ਕੇ। ਇਹ ਓਪਨ ਰਿਲੀਜਨ, ਇਹਨੂੰ ਮੈਕਸੀਮਮ ਲੈਂਗੁਏਜ ਦੇ ਵਿੱਚ ਤੁਸੀਂ ਬਰੀਫ ਕਰ ਕਰਕੇ ਛੋਟਾ ਉਹਨੂੰ ਤੁਸੀਂ ਅੱਗੇ ਲਿਜਾਓ। ਮੈਂ ਬਾਬਾ ਫਰੀਦ ਦੀ ਬਾਣੀ ਨੂੰ ਅਰਬੀ ਵਿੱਚ ਟਰਾਂਸਲੇਟ ਕਰਵਾਇਆ ਪੰਜਾਬੀ ਯੂਨੀਵਰਸਿਟੀ ਤੋਂ, ਤਾਰਕ ਹੁਸੈਨ ਨੇ ਉਹ ਅਰਬੀ ਕੀਤੀ ਹੋਈ। ਉਦੋਂ ਮੈਂ ਯੂਨਾਈਟਡ ਨੇਸ਼ਨਸ ਦੇ ਵਿੱਚ ਮੇਰੇ ਤਾਲਕ ਸੀਗੇ, ਬਹੁਤੇ ਕੰਮ ਕਰਦਾ ਸੀ ਮੈਂ, ਅਤੇ ਮੈਂ ਉਹਨੂੰ ਰੋਮ ਲੈ ਗਿਆ ਉਹ ਟਰਾਂਸਲੇਸ਼ਨ। ਮੇਰੇ ਕੋਲ ਅਰਬ ਦੋਸਤ ਸੀ, ਉਹਨਾਂ ਨੂੰ ਮੈਂ ਦਿਖਾ ਲਿਆ, ਮੈਂ ਕਿਹਾ ਜ਼ਰਾ ਦੇਖੋ ਲੈਂਗੁਏਜ ਦੇ ਹਿਸਾਬ ਨਾਲ। ਉਹਨਾਂ ਨੇ ਉਹ ਵੇਖਿਆ, ਮੁੜ ਕੇ ਲਿਆ ਕੇ ਫਿਰ ਮੈਂ ਤਾਰਕ ਸਾਹਿਬ ਦੇਖਿਆ, ਦਿਲ ਤੇ ਵੀ ਤੇਰੇ ਵਿੱਚ ਤੇਰੀ ਟਰਾਂਸਲੇਸ਼ਨ ਫਿੱਟ ਹੁੰਦਾ। ਉਹ ਜਦ ਇੰਨਾ ਮੈਂ ਸ਼ੋਰ ਹੋ ਗਿਆ, ਉਸ ਨੂੰ ਪਬਲਿਸ਼ ਕੀਤਾ, ਪ੍ਰੈਜੀਡੈਂਟ ਆਫ ਇੰਡੀਆ ਤੋਂ ਰਿਲੀਜ਼ ਕਰਾਇਆ। ਉਹਨੇ ਕਿਹਾ ਕਿ ਵੀ ਇਹ ਮੈਂ ਜਿਹੜਾ ਆਪਣੇ ਕੋਲ ਇੱਥੇ ਰੱਖ, ਤੁਹਾਡੇ ਕੋਲ ਮਿਡਲ ਈਸਟ ਤੋਂ ਅਰਬ ਲੋਕ ਜਿਹੜੇ ਨੇ ਅਰਬ ਘਰ ਤੋਂ ਬਹੁਤ ਆਉਂਦੇ ਆ, ਵੀ ਇਸ ਬਣਾਓ ਬਿਗ ਲੈਂਗੁਏਜ, ਵੀ ਇਹ ਤੁਸੀਂ ਉਹਨੂੰ ਡਿਸਟ੍ਰੀਬਿਊਟ ਕਰਿਓ। ਉਹ ਪਹਿਲਾਂ ਤਾਂ ਮੈਂ ਇੱਕ ਦੇ ਆਇਆ ਸੀ 40-50 ਕਾਪੀਆਂ, ਹੁਣ ਮੈਨੂੰ ਮੁੜ ਕੇ ਪਤਾ ਨਹੀਂ ਉਹਦਾ ਕੀ ਬਣਿਆ ਕੀ ਨਹੀਂ ਬਣਿਆ। ਸਾਡੀ ਗਸਟੋ ਨਹੀਂ ਹੈ ਇਸ ਮਾਮਲੇ 'ਚ ਦੇਣ ਨੂੰ, ਅਸੀਂ ਲਿਟਰੇਚਰ ਨੂੰ ਓਪਨ ਨਹੀਂ ਕਰਦੇ। ਅਸੀਂ ਮੈਨੂੰ ਸਹੀ ਮੇਰੇ ਤੋਂ ਪੁੱਛੋ, ਮਾਫ਼ ਕਰਨਾ ਮੈਂ ਲਫ਼ਜ਼ ਕਹਿਣ ਲੱਗਾ, ਜੋ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਕਰ ਰਹੇ ਹਾਂ, ਜੋ ਇਹ ਮੂਰਤੀਆਂ ਨਾਲ ਕਰ ਰਹੇ ਉਹ ਅਸੀਂ ਕਰ ਰਹੇ ਹਾਂ। ਦਿਸ ਇਜ਼ ਵਟ ਇਜ਼ ਹੈਪਨਿੰਗ। ਇੱਕ ਸੱਜਣ ਨੇ ਬਹੁਤ ਸੋਹਣੀ ਮਿਸਾਲ ਦਿੱਤੀ ਪ੍ਰਿੰਸੀਪਲ ਨੇ, ਉਹ ਕਹਿੰਦੇ ਮੇਰੇ ਕੋਲ ਇੱਕ ਸਟੂਡੈਂਟ ਆਇਆ, ਕਹਿੰਦਾ ਜੀ ਮੈਨੂੰ ਵੈਲੋਸਿਟੀ ਦੀ ਸਮਝ ਨਹੀਂ ਲੱਗੀ। ਉਹ ਤੈਨੂੰ ਸਮਝਾ ਦਿੰਦੇ ਇਹ ਕਿਹੜੀ ਗੱਲ ਹੈ, ਲਿਆ ਕਿਤਾਬ, ਕਹਿੰਦਾ ਕਿਤਾਬ ਲੈਂਦੀ, ਕਹਿੰਦਾ ਟੇਬਲ 'ਤੇ ਕੱਪੜਾ ਵਿਛਾ, ਕਿਤਾਬ ਨੂੰ ਰੱਖ ਉੱਤੇ, ਇਹਨੂੰ ਢੱਕ ਦੇ ਉੱਤੇ, ਕਹਿੰਦਾ ਮੱਥਾ ਟੇਕ, ਇਹਨੂੰ ਮੱਥਾ ਟੇਕਦਾ, ਕਹਿੰਦਾ ਲੱਗੀ ਸਮਝ, ਕਹਿੰਦਾ ਨਹੀਂ ਜੀ। ਫਿਰ ਕਹਿੰਦਾ ਕੱਪੜਾ ਲਾ ਉੱਤੋਂ, ਫਿਰ ਇੰਨੇ ਸਫ਼ੇ ਤੋਂ ਪੜ੍ਹ ਫਿਲੋਸਫੀ, ਹੁਣ ਪੜ੍ਹੀ, ਹੁਣ ਸਮਝ ਲੱਗੀ, ਕਹਿੰਦਾ ਲੱਗ ਗਈ ਜੀ। ਸਾਡੀ ਆਹੀ ਪ੍ਰੋਬਲਮ ਹੈ, ਅਸੀਂ ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ, ਬਾਬੇ ਨਾਨਕ ਦੀ ਨਹੀਂ ਮੰਨਦੇ, ਅਸੀਂ ਦੇਖਦੇ ਨਹੀਂ ਉਹ ਕਹਿੰਦੇ ਕੀ ਨੇ।
ਸਿਰਫ ਮੱਥਾ ਟੇਕਣ ਦੀ ਗਾ ਵਾਹਿਗੁਰੂ 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 ਕਰਕੇ ਚੂੜੀ ਲਈ ਪਾਲਿਓ ਮੱਥਾ ਟੇਕ ਘਰ ਨੂੰ ਆ ਗਿਆ। ਜੇ ਪਾਠ ਹੁੰਦਾ ਦੇ ਤੇਰੀ ਸਪੀਡ ਵੱਜੀ ਹੋਈ ਆ, ਕੋਈ ਸਮਝ ਲੱਗੀ ਨਹੀਂ ਲੱਗੀ ਤਾਂ ਜਿਹਨੇ ਟਿੱਕ ਕੇ ਪਾਠ ਨਹੀਂ ਕਰਨਾ, ਭਾਵੇਂ ਥੋੜ੍ਹਾ ਕਰੋ ਸਮਝੋ, ਉਹ ਤਾਂ ਅਸੀਂ ਕਰਦੇ ਹੀ ਨਹੀਂ। ਸੋ ਮੇਰਾ ਕਹਿਣ ਤੋਂ ਮਤਲਬ ਆ ਕਿ ਜੇ ਪਹਿਲਾਂ ਤਾਂ ਆਪ ਸਮਝੋ, ਫਿਰ ਸਮਝਣ ਤੋਂ ਬਾਅਦ ਡੋਂਟ ਕਨਫਾਈਨ ਯੂਰਸੈਲਫ ਟੂ ਪੰਜਾਬੀ। ਅਗਰ ਤੁਸੀਂ ਇਸ ਫਿਲਾਸਫੀ ਨੂੰ, ਇਸ ਸੋਚ ਨੂੰ, ਬਾਬੇ ਨਾਨਕ ਦੇ ਮਿਸ਼ਨ ਨੂੰ ਅਗਰ ਤੁਸੀਂ ਬਾਹਰ ਲੈ ਜਾਣਾ ਤਾਂ ਦੂਜੀਆਂ ਲੈਂਗੁਏਜ ਦੇ ਵਿੱਚ ਲੈ ਕੇ ਜਾਓ। ਯਾਦ ਰੱਖੋ ਲੈਂਗੁਏਜ ਜਿਹੜੀ ਆ ਉਹ ਜੋੜਦੀ ਹੈ, ਔਰ ਧਰਮ ਜਿੱਦਾਂ ਅਸੀਂ ਫਾਲੋ ਕਰਦੇ ਉਹ ਤੋੜਦੇ ਆ। ਜ਼ਬਾਨ ਬਹੁਤ ਜਿਹੜੀ ਹੈ ਇੱਕ ਇੱਕ ਕਿਸਮ ਦਾ ਜੋੜਨ ਵਾਲਾ ਫੈਵੀਕੋਲ ਹੈ। ਮੈਂ ਈਰਾਨ ਦੇ ਵਿੱਚ 4-5 ਸਾਲ ਕੰਮ ਕੀਤਾ ਯੂਨਾਈਟਡ ਨੇਸ਼ਨ 'ਚ। ਮੈਨੂੰ ਪਰਸ਼ਨ ਆਉਂਦੀ ਸੀ ਕਿਉਂਕਿ ਮੈਂ 8ਵੀਂ ਤੱਕ ਪਰਸ਼ਨ ਪੜ੍ਹੀ ਸੀ, ਗਰਾਮਰ ਮੇਰੀ ਸੀਗੀ, ਸਾਲ ਇੱਕ ਪਿੰਡਾਂ 'ਚ ਕੰਮ ਕੀਤਾ, ਮੇਰੀ ਵੋਕੈਬਲਰੀ ਵੀ ਬਣ ਗਈ, ਉਹਨਾਂ ਦੀ ਡਿਕਸ਼ਨ ਵੀ ਆ ਗਈ ਮੈਨੂੰ। ਉਸ ਲੈਂਗੁਏਜ ਦੇ ਆਸਰੇ ਕਿਸੇ ਵਰਲਡ ਬੈਂਕ ਨੇ, ਕਿਸੇ ਅੰਬੈਸਡਰ ਨੇ ਕੋਈ ਡੇਟਾ ਆਰਾਮ ਤੋਂ ਲੈਣਾ ਦਿੰਦੇ ਨਹੀਂ ਸੀ। ਮੈਨੂੰ ਕਹਿਣਾ ਮੈਨੂੰ ਡੇਟਾ ਲੈ ਦਿਓ, ਮੈਨੂੰ ਕਹਿਣਾ ਤੁਸੀਂ ਮਿਨਿਸਟਰ ਨੂੰ ਰਿਕੁਐਸਟ ਕਰ ਦਿਓ, ਉਹਨੇ ਮੈਨੂੰ ਪੁੱਛਣਾ, ਮੈਂ ਹਾਂ ਕਰ ਦਿਓ। ਆਲ ਫਾਈਲਸ ਆਰ ਓਪਨ ਟੂ ਮੀ, ਕੀ ਸੀ ਸਿਰਫ ਲੈਂਗੁਏਜ, ਆਈ ਨਿਊ ਦ ਲੈਂਗੁਏਜ। ਪੰਜਾਬੀਆਂ ਤਾਂ ਬਈ ਆਦਤ ਹੀ ਹੈ ਕਿ ਅਸੀਂ ਦੂਜੇ ਲੈਂਗੁਏਜ ਬੋਲਣ ਲੱਗਦੇ ਹਾਂ ਤਾਂ ਕਿ ਉਹਨੂੰ ਗੱਲ ਸਮਝ ਆਵੇ। ਸੋ ਮੈਂ ਇਹੀ ਅਪੀਲ ਕਰਾਂਗਾ ਕਿ ਇੱਕ ਤਾਂ ਇਹਨੂੰ ਛੋਟਾ ਕਰੋ, ਬਰੀਫ ਸੁਨੇਹੇ ਦਿਓ, ਔਰ ਦੂਜੀ ਇਹਨੂੰ ਤੁਸੀਂ ਜਿਹੜੀ ਹੈਗੀ ਆ ਜੀ ਈ ਕਾਪੀ ਬਣਾਓ, ਕੁਛ ਇੱਕ ਫੇਸਬੁੱਕ 'ਤੇ ਪਾਓ, ਕੁਛ ਬੋਲ ਕੇ ਜਿਹੜੀ ਆ ਤੁਸੀਂ ਯੂਟਿਊਬ 'ਤੇ ਪਾਓ। ਇਹ ਤੁਹਾਡੀ ਬਹੁਤ ਦੇਣ ਹੈ, ਮੈਂ ਤੁਹਾਨੂੰ ਬਹੁਤ ਦੇਰ ਦਾ ਜਾਣਦਾ, ਮੈਨੂੰ ਤਾਂ 45 ਸਾਲ ਹੋ ਗਿਆ ਤੁਹਾਡੇ ਨਾਲ ਤੁਹਾਨੂੰ ਵੇਖਦਿਆਂ ਨੂੰ। ਔਰ ਮੈਂ ਤਾਂ ਇੱਕ ਸਟੇਜ 'ਤੇ ਇਹ ਵੀ ਕਿਹਾ ਸੀਗਾ ਕਿ ਇਹ ਸਾਡੇ ਨੌਜਵਾਨ ਲਿਖੀ ਜਾਂਦੇ ਆ ਅਤੇ ਸਾਡੇ ਪੋਲੀਟੀਸ਼ੀਅਨ ਪਿੱਛੇ ਚੂਨਾ ਮਾਰੀ ਜਾਂਦੇ ਉਹਦੇ 'ਤੇ, ਦੈਟਸ ਵਾਟ ਇਜ਼ ਹੈਪਨਿੰਗ। ਇਹ ਨਸ਼ਿਆਂ ਦਾ ਇਹਨਾਂ ਨੇ ਬਹੁਤ ਜ਼ੋਰ ਲਾਇਆ, ਨਸ਼ਿਆਂ ਦੇ ਬਰਗਲਾ ਸਾਡੀ ਪੋਲੀਟੀਕਲ ਲੀਡਰਸ਼ਿਪ ਨੇ ਨਸ਼ਿਆਂ ਦਾ ਵੀ ਦੂਜੇ ਪਾਸੇ ਨੂੰ ਜ਼ੋਰ ਲਾ ਦਿੱਤਾ। ਉਹ ਕਹਿੰਦੇ ਲਓ ਤਾਂ ਕਰ ਲਓ ਤਾਂ ਬੰਦ ਕਿੱਦਾਂ ਕਰਦੇ ਹਾਂ। ਜਦ ਪਹਿਲਾਂ ਸ਼ਤਾਬਦੀਆਂ ਮਨਾਉਣ ਲੱਗਿਆ, ਆਮ ਸੋਰੀ ਮੈਂ ਐਵੇਂ ਦੀ ਗੱਲ ਕਰਕੇ ਬਹੁਤ ਨਹੀਂ ਕਰਨਾ, ਅਤੇ ਉਦੋਂ ਬਾਦਲ ਸਾਹਿਬ ਨੇ ਕੋਈ ਕੁਛ ਬੰਦੇ ਸੱਦੇ ਵੀ ਕੀ ਕਰਨਾ ਚਾਹੀਦਾ, ਤਾਂ ਮੈਂ ਕਿਹਾ ਜੀ ਮੇਰੀ ਕੋਈ ਥੋੜ੍ਹੀ ਜਿਹੀ ਸੋਚ ਬੱਕਣੀ ਆ, ਤੂੰ ਸੁਣ ਲਓਗੇ? ਕਹਿੰਦਾ ਹਾਂ ਦੱਸੋ। ਮੈਂ ਕਿਹਾ ਜੀ ਗੱਲ ਆ ਵੀ ਸਿੱਖ ਜਿਹੜਾ ਆ ਉਹ ਮੰਗਦਾ ਨਹੀਂ, ਕੋਈ ਕਾਨੂੰਨ ਹੈ ਜਿਹੜਾ ਉਹਨੂੰ ਰੋਕਦਾ, ਜੇ ਉਹ ਕੋਈ ਮੰਗਣ ਵਾਲਾ ਮਿਲ ਜਾਵੇ ਤਾਂ ਦਿੰਦਾ ਕੋਈ ਨਹੀਂ, ਉਹਨੂੰ ਫਟਕਾਰਾ ਪਾਉਂਦਾ ਕਿਸੇ ਖੋ ਕੇ ਮੰਨਦਾ, ਕਿੱਡਾ ਵੱਡਾ ਟੈਬੂ ਆ। ਮੈਂ ਕਿਹਾ ਫਿਰ ਮੈਂ ਕਿਹਾ ਦੂਜਾ ਸਿੱਖ ਸਿਗਰਟ ਨਹੀਂ ਪੀਂਦਾ, ਤੰਬਾਕੂ ਨਹੀਂ ਪੀਂਦਾ, ਕੋਈ ਕਾਨੂੰਨ ਹੈ ਜਿਹੜਾ ਉਹਨੂੰ ਰੋਕਦਾ? ਜੇ ਕੋਈ ਕਿਤੇ ਹੋਊਗਾ ਤਾਂ ਮੈਂ ਬਲੈਕ ਸ਼ੀਪ, ਲੋਕ ਉਹਨੂੰ ਹੇਟ ਕਰਦੇ। ਮੈਂ ਕਿਹਾ ਜੀ ਇਹ ਦੋ ਬੜੇ ਟੈਬੂ ਨੇ ਸਿੱਖਾਂ ਦੀ ਸਿਫਤ ਹੈ ਕਿ ਜੇ ਦੋ ਤੁਸੀਂ ਹੋਰ ਲਾ ਦਿਓ ਨਾ, ਜੇ ਸ਼ਤਾਬਦੀਆਂ ਮਨਾਉਣੀਆਂ, ਮੈਂ ਕਿਹਾ ਬਿਲਡਿੰਗਾਂ ਬਣਦੀਆਂ ਰਹਿਣੀਆਂ, ਚੱਲਦੀਆਂ ਰਹਿਣੀਆਂ, ਫਿਰ ਕਿਤੇ ਹੋਣਾ। ਮੈਂ ਇਹਨਾਂ ਦੇ ਬਰਕਲਾਬ ਨਹੀਂ, ਪਰ ਇਹਨਾਂ ਨੂੰ ਜ਼ਿਆਦਾ ਜਿਹੜੀ ਚੀਜ਼ ਮੈਂ ਕਹਿਣ ਲੱਗਾ ਉਹ ਦੇਖੋ, ਜੇ ਤੁਸੀਂ ਆਪਣੀ ਰਹਿੰਦੀ ਦੁਨੀਆ ਤੱਕ ਨਾ ਰੱਖਣਾ ਤਾਂ ਇਹ ਦੋ ਚੀਜ਼ਾਂ ਕਰਨ ਦੇ ਵਿੱਚ ਕੋਸ਼ਿਸ਼ ਕਰੋ ਜ਼ਿੰਦਗੀ। ਮੈਂ ਕਿਹਾ ਪਹਿਲੀ ਗੱਲ ਤਾਂ ਵੀ ਸਿੱਖ ਅਨਪੜ੍ਹ ਨਹੀਂ ਹੋ ਸਕਦਾ, ਜਾਂ ਅਨਪੜ੍ਹ ਕਹਿ ਲਓ ਸਿੱਖ ਨਹੀਂ ਹੋ ਸਕਦਾ। ਇੱਕ ਵੱਡਾ ਟੈਬੂ ਹੋਵੇ ਕਿ ਸਿੱਖ ਹੋਵੇ ਤਾਂ ਪੜ੍ਹਿਆ ਨਾ ਹੋਵੇ, ਐਜੂਕੇਸ਼ਨ 'ਤੇ ਜ਼ੋਰ ਲਾਓ। ਨੰਬਰ 2 ਵੀ ਸਿੱਖ ਦੇ ਹੱਥ ਵਿੱਚ ਸ਼ਰਾਬ ਦੀ ਗਲਾਸੀ ਉਨੀ ਪੜੀ ਲੱਗੇ ਜਿੰਨੀ ਸਿਗਰਟ ਲੱਗਦੀ ਹੈ। ਦੋ ਚੀਜ਼ਾਂ ਕਰ ਦਿਓ ਇਹ ਕੌਮ ਸਿਰੇ 'ਤੇ ਚਲੇ ਜਾਵੇ। ਇਹ ਤਾਂ ਕਹਿੰਦੇ ਨਹੀਂ ਹੋਣੀ, ਮੈਂ ਕਿਹਾ ਠੀਕ ਹੈ, ਮੁੜ ਕੇ ਆਪਾਂ ਨੂੰ ਸੱਦਿਆ ਨਹੀਂ ਉਹਨੇ। ਸੋ ਇਹ ਗੱਲ ਹੈ ਕਿ
ਜਿਹੜੀਆਂ ਦੋ ਕੁਛ ਇੱਕ ਚੀਜ਼ਾਂ ਨੇ ਸਿੱਖ ਦੀਆਂ, ਇਹਦੀ ਇਨਸਾਨੀ ਕਰਨ ਦੀ ਲੋੜ ਹੈ। ਸੋ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਇਹ ਸ਼ੁਰੂ ਕੀਤਾ, ਇਹਨੂੰ ਦੂਜੀਆਂ ਲੈਂਗੁਏਜ ਵਿੱਚ ਜ਼ਿਆਦਾ ਜ਼ੋਰ ਦਿਓ। ਦੂਸਰੀ ਆ ਕਿ ਡੋਂਟ ਲੁੱਕ ਟੂ ਦੀ ਸਿੱਖਸ ਓਨਲੀ। ਮੈਂ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦਾ ਕਨਵੀਨਰ ਹਾਂ, ਕਨਵੀਨਰ ਹੀ ਹੁੰਦਾ, ਪ੍ਰੈਜੀਡੈਂਟ ਹੀ ਹੁੰਦਾ ਉੱਥੇ। ਜਰਨੈਲ ਸਾਹਿਬ ਸਾਡੇ ਸੈਕਟਰੀ ਜਨਰਲ ਨੇ, ਇਹ ਬੜਾ ਜਾਣਦੇ ਨੇ। ਅਸੀਂ ਕੋਚਿੰਗ ਕਰਦੇ ਹਾਂ ਬੱਚਿਆਂ ਦੀ, ਔਰ ਕੋਚਿੰਗ ਦੇ ਵਿੱਚ ਅਸੀਂ ਬਿਲਕੁਲ ਡਿਸਟਿੰਗੁਇਸ਼ ਨਹੀਂ ਕਰਦੇ ਕਿ ਇਹ ਸਿੱਖਾਂ ਦਾ ਬੱਚਾ, ਮੁਸਲਮਾਨਾਂ ਦਾ ਬੱਚਾ ਜਾਂ ਹਿੰਦੂਆਂ ਦਾ ਬੱਚਾ ਕਿਸੇ ਦਾ। ਅਗਰ ਤੁਸੀਂ ਉਹਨਾਂ ਨੂੰ ਹੈਂਡਲ ਕਰਦੇ ਹੋ ਇਸ ਮੁਹੱਬਤ ਪਿਆਰ ਨਾਲ, ਦੇ ਆਰ ਯੂਅਰ ਅੰਬੈਸਡਰਸ। ਤੁਸੀਂ ਤਾਂ ਅੰਬੈਸਡਰ ਕ੍ਰੀਏਟ ਕਰ ਰਹੇ ਹੋ। ਦੂਸਰੀ ਇਹ ਧਰਮ ਦੇ ਸੰਕੀਰਤਾ ਹੈ ਨਹੀਂ, ਸਾਡੇ ਵਿੱਚ ਸੰਕੀਰਤਾ ਆ ਲੇਕਿਨ ਧਰਮ ਦੇ ਵਿੱਚ ਸੰਕੀਰਤਾ ਨਹੀਂ ਹੈ। ਇਹ ਨਹੀਂ ਦੇਖਦਾ ਕਿ ਦਾੜੀ ਹੈਗੀ ਹੈ ਜਾਂ ਹੈਗੀ, ਜਾਂ ਸਿਰ 'ਤੇ ਵਾਲ ਹੈਗੇ ਜਾਂ ਨਹੀਂ। ਇਹ ਜਾਂ ਬਾਬੇ ਨਾਨਕ ਦਾ ਧਰਮ ਹੈ ਉਹ ਨਹੀਂ ਇਹ ਵੇਖਦਾ। ਸੋ ਇਹ ਓਪਨ ਮਾਇੰਡ ਚੱਲੋ। ਸਾਡੀਆਂ ਇੰਸਟੀਟਿਊਸ਼ਨ ਜਿਹੜੀਆਂ ਸਿੱਖਾਂ ਦੀਆਂ ਉਹ ਬਿਲਕੁਲ ਤਬਾਹ ਹੋ ਚੁੱਕੀਆਂ। ਜਿਹਨੇ ਬੰਦਿਆਂ ਦੀ ਰਿਸਪੋਂਸੀਬਿਲਟੀ ਔਰ ਰਿਸਪੋਂਸੀਬਿਲਟੀ ਨੂੰ ਸ਼ੋਲਡਰ ਨਹੀਂ ਕਰ ਰਿਹਾ, ਤੁਸੀਂ ਜੋ ਮਿਹਨਤ ਕਰ ਰਹੇ ਹੋ ਉਹ ਬਹੁਤ ਐਪਰੀਸ਼ੀਏਬਲ ਹੈ, ਇਸ ਨੂੰ ਕੰਟੀਨਿਊ ਰੱਖੋ ਇਰਿਸਪੈਕਟ ਆਫ ਦੀ ਹਿੰਡਰੈਂਸਿਸ ਔਰ ਲਿਮਿਟੇਸ਼ਨ ਜਿਹੜੀਆਂ ਤੁਹਾਡੇ ਹੱਥ 'ਚ ਆਉਂਦੀਆਂ। ਸੋ ਮੈਂ ਇਹਨੂੰ ਰਿਲੀਜ਼ ਕਰਦਾ ਹੋਇਆ, ਮੁਬਾਰਕਬਾਦ ਦਿੰਦਾ ਹੋਇਆ, ਇਹ ਆਸਾ ਕਰਦਾ ਕਿ ਗੁਰੂ ਕਿਰਪਾ ਕਰੇਗਾ, ਤੁਹਾਡੇ ਸਿਰ 'ਤੇ ਹੱਥ ਰੱਖੇਗਾ ਔਰ ਤੁਹਾਨੂੰ ਸਮਰੱਥਾ ਦੇਗਾ ਕਿ ਤੁਸੀਂ ਇਸ ਮੈਗਜ਼ੀਨ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਸਕੋ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਟ੍ਰਾਂਸਲੇਸ਼ਨ ਅੰਗਰੇਜ਼ੀ ਵਿੱਚ ਤਾਲਬ ਸਾਹਿਬ ਦੀ ਗੱਲ ਕਰਦੇ ਹਾਂ। ਡਾਕਟਰ ਜੱਗੀ ਨੇ ਗੁਰੂ ਗ੍ਰੰਥ ਸਾਹਿਬ ਦਾ ਟ੍ਰਾਂਸਲੇਸ਼ਨ ਕੀਤਾ ਅੰਗਰੇਜ਼ੀ 'ਚ। ਪਹਿਲਾਂ ਉਹਨਾਂ ਨੇ ਜਿਹੜਾ ਸ਼ਲੋਕ ਲਿਖਿਆ, ਉਦੋਂ ਬਾਅਦ ਉਹ ਟ੍ਰਾਂਸਲੇਟਰੇਸ਼ਨ ਅੰਗਰੇਜ਼ੀ 'ਚ ਕੀਤਾ, ਫਿਰ ਉਸ ਤੋਂ ਬਾਅਦ ਉਹਦੇ ਲਫਜ਼ੀ ਮੈਨੇ ਦੱਸੇ, ਫਿਰ ਉਸ ਤੋਂ ਬਾਅਦ ਉਹਦਾ ਭਾਵ ਅਰਥ ਦੱਸਿਆ। 8 ਵੋਲੀਅਮਸ ਨੇ ਐਡਿਡ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ। ਉਹਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਹੈ, ਸ਼ਾਇਦ ਤੁਹਾਡੇ ਨੋਟਿਸ ਨਾ ਹੋਵੇ, ਅਤੇ ਮੇਰੇ ਕੋਲ 8 ਵੋਲੀਅਮਸ ਪਈਆਂ। ਮੈਂ ਤੁਹਾਨੂੰ ਉਹ 8 ਵੋਲੀਅਮ ਦਿੰਦਾ ਸਟੱਡੀ ਸਰਕਲ ਦੇ ਵਿੱਚ, ਤੁਸੀਂ ਉਹਨੂੰ ਜਰਾ, ਉਹ ਤੋਂ ਬਹੁਤ ਹੈਲਪਫੁਲ ਹੋਏਗੀ ਇਹਨੂੰ ਅੱਗੇ ਪ੍ਰਚਾਰ ਵਾਸਤੇ, ਇਹਨੂੰ ਪੜ੍ਹਨ ਵਾਸਤੇ। ਤੁਸੀਂ ਉਹਨਾਂ 'ਚੋਂ ਕੁਛ ਟੂਕਾ ਚੱਕ ਸਕਦੇ ਹੋ, ਕੁਛ ਸ਼ਲੋਕ ਚੱਕ ਸਕਦੇ ਹੋ, ਕੋਈ ਅਤੇ ਉਹਨਾਂ ਨੂੰ ਚੱਕ ਕੇ, ਤਾਂ ਕਿਉਂਕਿ ਉਹ ਟ੍ਰਾਂਸਲੇਟਡ ਆ ਰਹੀ ਬਹੁਤ ਵਧੀਆ, ਅਤੇ 8 ਵੋਲੀਅਮ 'ਚ ਰਹਿਣੀ ਆ।